ਹੁਸ਼ਿਆਰਪੁਰ ਦੇ ਹਲਕਾ ਸ਼ਾਮ 84 ਤੋਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਦੇਸਰਾਜ ਸਿੰਘ ਧੁੱਗਾ ਵੱਲੋਂ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਆਗੂ ਭਾਰਤ ਭੂਸ਼ਣ ਵਰਮਾ ਸਮੇਤ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਵੀ ਹਾਜ਼ਰ ਹੋਏ। ਗੱਲਬਾਤ ਦੌਰਾਨ ਦੇਸਰਾਜ ਸਿੰਘ ਧੁੱਗਾ ਨੇ ਕਿਹਾ ਕਿ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਕਾਲੀ ਦਲ ਸੰਯੁਕਤ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਮੁਹਿੰਮ ਆਰੰਭੀ ਜਾਵੇਗੀ ਅਤੇ ਹਲਕਾ ਸ਼ਾਮ 84 ਤੋਂ ਉਹ ਵੱਡੀ ਜਿੱਤ ਹਾਸਲ ਕਰਨਗੇ, ਜਿਸ ਤੋਂ ਬਾਅਦ ਹਲਕੇ 'ਚ ਖਾਸ ਕਰ ਕੰਢੀ ਖੇਤਰ 'ਚ ਵਿਕਾਸ ਦੇ ਕੰਮ ਸ਼ੁਰੂ ਕੀਤੇ ਜਾਣਗੇ। ਹੁਸ਼ਿਆਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਅੱਜ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਪੰਜਾਬ ਲੋਕ ਕਾਂਗਰਸ ਦੇ ਸਾਂਝੇ ਉਮੀਦਵਾਰ ਦੇਸਰਾਜ ਧੁੱਗਾ ਜੀ ਦਾ ਅੱਜ ਜਿਹੜਾ ਸਾਡੇ ਸ਼ਾਮ 84 ਹਲਕੇ ਤੋਂ ਦਫ਼ਤਰ ਅਸੀਂ ਖੋਲ੍ਹ ਰਹੇ ਹਾਂ। ਮੈਂ ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦਾ ਸੁਖਦੇਵ ਸਿੰਘ ਢੀਂਡਸਾ ਅਤੇ ਪੰਜਾਬ ਲੋਕ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਕੀਤਾ ਅਤੇ ਮੈਨੂੰ ਇਸ ਹਲਕੇ ਦੀ ਸੇਵਾ ਕਰਨ ਲਈ ਉਮੀਦਵਾਰ ਧਾਰਿਆ। ਔਰ ਜਦੋਂ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਜਿਹੜੀ BJP ਦੀ ਸੀਨੀਅਰ ਲੀਡਰਸ਼ਿਪ ਉਹ ਵੀ ਪਹੁੰਚੀ ਆ, ਵਰਕਰ ਵੀ ਪਹੁੰਚੇ ਆ, ਔਰ ਸਾਰੀਆਂ ਪਾਰਟੀਆਂ ਦੇ ਤਿੰਨਾਂ ਪਾਰਟੀਆਂ 'ਚ ਬਹੁਤ ਵੱਡਾ ਉਤਸ਼ਾਹ ਆ। ਔਰ ਇਹ ਜਿਹੜੀ ਸੀਟ ਆ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਪੰਜਾਬ ਲੋਕ ਕਾਂਗਰਸ ਦੇ ਮਹਾਜ ਵੱਲੋਂ ਅਸੀਂ ਜਿੱਤ ਕੇ ਮੋਦੀ ਸਾਹਿਬ ਦੀਆਂ ਜਿਹੜੀਆਂ ਪ੍ਰਾਪਤੀਆਂ ਉਹਨਾਂ 'ਤੇ ਮੋਹਰ ਲੱਗੂਗੀ। ਔਰ ਆਉਣ ਵਾਲੇ ਸਮੇਂ 'ਚ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਅੰਦਰ ਜਿਹੜਾ ਕਰਜ਼ਾ ਦੇ ਥੱਲੇ ਅਸੀਂ ਦਲਦਲ 'ਚ ਫਸ ਗਏ ਹਾਂ, ਬੇਰੁਜ਼ਗਾਰੀ ਦੀ ਦਲਦਲ 'ਚ ਫਸ ਗਏ ਹਾਂ, ਔਰ ਜਿਹਨੂੰ ਕਦੀ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਅੱਜ ਉਹ ਹਰ ਬੱਚਾ ਜੰਮਣ ਤੋਂ ਬਾਅਦ ਉਹਦੇ 1 ਲੱਖ ਦਾ ਕਰਜ਼ਾ ਮੁਕਤ ਕਰਨ ਲਈ, ਬੇਰੁਜ਼ਗਾਰੀ ਦੂਰ ਖਤਮ ਕਰਨ ਲਈ, ਪੰਜਾਬ ਨੂੰ ਵੱਡੀਆਂ ਲੀਹਾਂ 'ਤੇ ਪਹੁੰਚਾਉਣ ਲਈ ਇਹ ਜਿਹੜਾ ਸਾਡਾ ਅਲਾਈਅੰਸ ਬਣਿਆ, ਇਹਦੇ ਵੱਲੋਂ ਅਸੀਂ ਤਕੜੇ ਹੋ ਕੇ ਪੰਜਾਬ ਦੀ ਸੇਵਾ ਕਰਾਂਗੇ। ਭਾਰਤੀ ਜਨਤਾ ਪਾਰਟੀ ਦਾ ਏਜੰਡਾ ਹਮੇਸ਼ਾ ਹੀ ਵਿਕਾਸ ਰਿਹਾ ਹੈ, ਉਹ ਸਭ ਲੋਕਾਂ ਦਾ ਸਾਥ ਦੇਣਾ, ਸਭ ਕਾ ਸਾਥ ਸਭ ਕਾ ਵਿਕਾਸ, ਔਰ ਭਾਰਤੀ ਜਨਤਾ ਪਾਰਟੀ ਦਾ ਇਹ ਏਜੰਡਾ ਇੱਥੇ ਸ਼ਾਮ 84 'ਚ ਹੈ। ਸ਼ਾਮ 84 ਤੋਂ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਸੰਯੁਕਤ ਦੇ ਸਾਂਝੇ ਉਮੀਦਵਾਰ ਦੇਸਰਾਜ ਧੁੱਗਾ ਜੀ ਅੱਜ ਉਹਨਾਂ ਦੇ ਦਫ਼ਤਰ ਦਾ ਇੱਥੇ ਉਦਘਾਟਨ ਹੈ। ਅੱਜ ਤੋਂ ਜਿਹੜੀ ਮੁਹਿੰਮ ਹੈ, ਜਿਹੜੀ ਮੁਹਿੰਮ ਤਾਂ ਪਹਿਲਾਂ ਵੀ ਚੱਲੀ ਹੋਈ ਹੈ, ਲੇਕਿਨ ਅੱਜ ਚੁਣਾਵੀ ਮੁਹਿੰਮ ਨੂੰ ਪੂਰੀ ਤੇਜ਼ੀ ਦੇ ਨਾਲ ਇੱਥੋਂ ਚਲਾਇਆ ਜਾਏਗਾ। ਔਰ ਮੈਨੂੰ ਉਮੀਦ ਹੈ ਕਿ ਸ਼ਾਮ 84 ਦੇ ਸੂਝਵਾਨ ਵੋਟਰ ਜੋ ਹਨ ਉਹ ਬਹੁਤ ਹੀ ਆਪਣੀ ਸੋਚ ਸਮਝ ਦੇ ਨਾਲ ਮਤ ਕਰਨਗੇ। ਜੋ ਚੋਣਾਂ ਹੁੰਦੀਆਂ ਹੈ ਉਹ ਤਾਂ ਹੁੰਦੀਆਂ ਕਿ ਆਪਣੇ ਮਤ ਦਾ ਪ੍ਰਯੋਗ ਕਰਨਾ, ਆਪਣੀ ਸਮਝ ਦਾ, ਆਪਣੀ ਅਕਲ ਦਾ ਦਾਨ ਦੇਣਾ। ਅਸੀਂ ਜਿਹੜੀ ਵੋਟ ਦੇਣੀ ਹੈ ਪੂਰੀ ਸਮਝ ਦਾ ਦੇਣੀ ਹੈ। ਜਿਹੜਾ ਪਿਛਲਾ ਆਪਾਂ ਇੱਥੇ ਉਹ ਦੇਖੇ ਨੇ MLA ਜਿਹਨਾਂ ਨੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ, ਨਾ ਇੱਥੇ ਨਸ਼ਾ ਰੋਕਿਆ ਗਿਆ, ਨਾ ਇੱਕ ਵੀ ਕੋਈ ਵੱਡੀ ਚੀਜ਼ ਇਸ ਇਲਾਕੇ 'ਤੇ ਨਹੀਂ ਲੈ ਗਏ। ਜੇ ਆਪਾਂ ਕੰਢੀ 'ਚ ਜਾ ਕੇ ਦੇਖੀਏ ਤਾਂ ਕੰਢੀ ਦਾ ਉਹ ਜਿਹਾ ਹਾਲ ਆ ਜੋ ਅੱਜ ਤੋਂ 40-50 ਸਾਲ ਪਹਿਲਾਂ ਸੀ। ਇੱਥੇ ਕੋਈ ਵਿਕਾਸ ਨਹੀਂ ਹੋਇਆ, ਕਿਸੇ ਲੋਕਾਂ ਦੇ ਕੋਈ ਨੌਕਰੀ ਦੇ ਪ੍ਰਬੰਧ ਨਹੀਂ ਕੀਤੇ ਗਏ, ਕੋਈ ਇੰਡਸਟਰੀ ਨਹੀਂ ਲਿਆਂਦੀ ਗਈ ਪੰਜਾਬ ਦੇ ਵਿੱਚ। ਇਹ ਕਹਿੰਦੇ ਨੇ ਕਿ ਬੜੀ ਵਧੀਆ ਸਾਡੀ ਸਰਕਾਰ ਚੱਲੀ, 5 ਸਾਲ ਦੇ ਵਿੱਚ ਇਸ ਸਰਕਾਰ ਨੇ ਵਿਨਾਸ਼ ਕੀਤਾ। ਔਰ ਚੰਨੀ ਜੀ ਜੋ ਇਹਨਾਂ ਦੇ ਮੁੱਖ ਮੰਤਰੀ ਆਏ ਨੇ ਉਹ ਸਿਰਫ ਐਲਾਨਾਂ ਵਾਲੇ ਮੁੱਖ ਮੰਤਰੀ ਸਾਬਤ ਹੋਏ ਆ। ਸੋ ਸੂਝਵਾਨ ਵੋਟਰ ਜਿਹੜੇ ਨੇ ਕਿਸੇ ਵੀ ਤਰ੍ਹਾਂ ਉਹ ਆਪ ਪਾਰਟੀ ਨੂੰ ਜਾਂ ਕਾਂਗਰਸ ਨੂੰ ਮੌਕਾ ਨਹੀਂ ਦੇਣਗੇ। ਉਹ ਆਪਣੇ ਅਕਾਲੀ ਦਲ ਜੋ ਸੰਯੁਕਤ ਹੈ ਉਸਦੇ ਔਰ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਦੇਸਰਾਜ ਧੁੱਗਾ ਜੀ ਨੂੰ ਆਪਣੀ ਕੀਮਤੀ ਵੋਟ ਪਾ ਕੇ ਜਿਤਾਉਣਗੇ। ਧੰਨਵਾਦ।